ਦੁਨੀਆ 'ਚ ਇੰਨੇ ਦਿਨ ਇੱਕ ਰਹੱਸਮਈ ਫੰਗਸ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ। ਚਿੰਤਾ ਦੀ ਗੱਲ ਤਾਂ ਹੈ ਕਿ ਇਸ ਫੰਗਸ ਦਾ ਨਾ ਕੋਈ ਇਲਾਜ ਹੈ ਤੇ ਨਾ ਹੀ ਮਨੁੱਖ ਦੀ ਮੌਤ ਤੋਂ ਬਾਅਦ ਇਸ ਦਾ ਅਸਰ ਖਤਮ ਹੁੰਦਾ, ਬਲਕਿ ਇੱਕ ਮਨੁੱਖ ਦੇ ਸਰੀਰ ਤੋਂ ਦੂਜੇ ਦੇ ਸਰੀਰ 'ਚ ਇੰਨੀ ਤੇਜ਼ੀ ਨਾਲ ਫੈਲ ਰਿਹਾ। ਇਸ ਖਤਰਨਾਕ ਫੰਗਸ ਦਾ ਨਾਮ ਹੈ ਕੈਂਡੀਡਾ ਔਰਿਸ ਤੇ ਇਸ ਦੀ ਚਪੇਟ ਵਿੱਚ ਆਉਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਫੰਗਸ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਜਿਨ੍ਹਾਂ ਦਾ ਇਮਿਊਨ ਸਿਸਟਮ ਕਾਫੀ ਕਮਜ਼ੋਰ ਹੁੰਦਾ ਹੈ। ਰਿਪੋਰਟਾਂ ਮੁਤਾਬਿਕ ਪਿਛਲੇ ਸਾਲ ਮਈ ਮਹੀਨੇ ਵਿੱਚ ਇਸ ਨਾਲ ਗ੍ਰਸਤ ਪਹਿਲਾ ਮਰੀਜ਼ ਬਰੁਕਲਿਨ ਵਿੱਚ ਮਿਲਿਆ ਸੀ। ਇੱਥੋਂ ਦੇ ਮਾਊਂਟ ਸਿਨਾਈ ਹਸਪਤਾਲ ਕੋਲ ਐਬਡੋਮੀਨਲ ਸਰਜਰੀ 'ਚ ਇੱਕ ਬਜ਼ੁਰਗ ਵਿਅਕਤੀ ਭਰਤੀ ਹੋਇਆ ਸੀ ਜਿਸ ਦੇ ਬਲੱਡ ਟੈਸਟ ਤੋਂ ਬਾਅਦ ਇਹ ਪਤਾ ਚੱਲਿਆ ਸੀ ਕਿ ਉਹ ਇਸ ਫੰਗਸ ਨਾਲ ਪੀੜਤ ਹੈ। ਬਜ਼ੁਰਗ ਦੀ ਮੌਤ ਤੋਂ ਬਾਅਦ ਇਸ ਫੰਗਸ ਨਾਲ ਗ੍ਰਸਤ ਕਈ ਲੋਕ ਸਾਹਮਣੇ ਆਏ। ਅਮਰੀਕਾ ਤੇ ਯੂਰਪ 'ਚ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਬਾਅਦ ਹੁਣ ਇਹ ਫੰਗਸ ਭਾਰਤ, ਪਾਕਿਸਤਾਨ ਤੇ ਦੱਖਣ ਅਫਰੀਕਾ 'ਚ ਆਪਣੇ ਪੈਰ ਪਸਾਰ ਰਿਹਾ। ਪਿਛਲੇ 5 ਸਾਲਾਂ 'ਚ ਵੈਨੇਜ਼ੁਏਲਾ ਤੇ ਸਪੇਨ 'ਚ ਵੀ ਫੈਲ ਚੁੱਕਾ ਹੈ। ਇਸ ਲਈ ਹੋਰ ਵੀ ਖਤਰਨਾਕ ਹੋ ਗਿਆ ਕਿਉਂਕਿ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਇਸ ਨੂੰ ਖਤਮ ਕਰਨ ਵਿੱਚ ਵੀ ਕੋਈ ਵੀ ਦਵਾਈਆਂ ਅਸਰ ਨਹੀਂ ਕਰ ਰਹੀਆਂ। ਫਿਲਹਾਲ ਇਸ ਫੰਗਸ ਦਾ ਤੋੜ ਲੱਭਣ ਲਈ ਰਿਸਰਚ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।